ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਇਸ ਤਰ੍ਹਾਂ ਤਰਬੂਜ ਜਦੋਂ ਆਪਾਂ ਖਾ ਲੈਂਦੇ ਤਾਂ ਬਾਅਦ 'ਚ ਜੋ ਛਿਲਕੇ ਬਚ ਜਾਂਦੇ ਉਹਨਾਂ ਨੂੰ ਅੰਦਰੋਂ ਵੀ ਛਿਲਤਾ, ਬਾਹਰੋਂ ਵੀ ਛਿਲਤਾ, ਛਿਲਕੇ ਸਾਫ਼ ਸੁਥਰੇ ਇਸ ਤਰ੍ਹਾਂ ਬਣਾ ਕੇ ਤਾਂ ਇਹਨਾਂ ਨੂੰ ਆਪਾਂ ਧੋ ਲਵਾਂਗੇ। ਧੋ ਕੇ ਇਹਨਾਂ ਨੂੰ ਬਿਲਕੁਲ ਬਰੀਕ ਬਰੀਕ ਕਟਿੰਗ ਕਰ ਲਵਾਂਗੇ। ਇਹਦੀ ਫੁੱਲ ਵੀਡੀਓ ਪਰਮਜੀਤ ਸਿੱਧੂ ਦੇ ਚੈਨਲ 'ਤੇ ਵੀ ਅਵੇਲੇਬਲ ਹੈ। ਤਾਂ ਕੋਲ ਆਪਾਂ ਪਾਣੀ ਗਰਮ ਧਰ ਦਿੱਤਾ ਸੀਗਾ, ਜਦੋਂ ਪਾਣੀ ਨੂੰ ਉਬਾਲ ਆ ਗਿਆ ਤਾਂ ਇਹਦੇ ਵਿੱਚੋਂ ਆਪਾਂ 10 ਮਿੰਟ ਉਬਾਲ ਲਵਾਂਗੇ ਪਾਣੀ 'ਚ। ਜਦੋਂ ਇਸ ਤਰ੍ਹਾਂ ਟ੍ਰਾਂਸਪੇਰੈਂਟਡ ਜੇ ਹੋ ਜਾਣ ਤਾਂ ਫਿਰ ਇਹਨਾਂ ਨੂੰ ਕੱਢ ਲ ਕੇ ਅਤੇ ਆਪਾਂ ਥੋੜ੍ਹਾ ਫੇਹ ਕੇ ਵੇਖ ਲਵਾਂਗੇ ਵੀ ਹਾਂ ਸਹੀ ਹੈ, ਥੋੜ੍ਹਾ ਜਿਹਾ ਖੜਮੀਆਂ ਵੀ ਹੈ ਅਤੇ ਫਿਸ ਵੀ ਰਹੀਆਂ। ਇਹਨਾਂ ਨੂੰ ਪਾਣੀ ਦੇ ਵਿੱਚੋਂ ਕੱਢ ਲਵਾਂਗੇ। ਤਾਂ ਹੁਣ ਇਹਨਾਂ ਨੂੰ ਆਪਾਂ ਚਾਸ਼ਨੀ ਦੇ ਵਿੱਚ ਪਾ ਦਾਂਗੇ, 1 ਕੱਪ ਚੀਨੀ ਦਾ, 1 ਕੱਪ ਪਾਣੀ ਦਾ ਪਾ ਕੇ। ਤਾਂ ਹੁਣ ਇਹਨਾਂ ਨੂੰ ਆਪਾਂ ਇਹਦੇ ਵਿੱਚ 15 ਮਿੰਟ ਲਈ ਉਬਾਲ ਲਵਾਂਗੇ। ਉਬਾਲਣ ਤੋਂ ਬਾਅਦ ਆਪਾਂ 4 ਹਿੱਸਿਆਂ ਦੇ ਵਿੱਚ ਅੱਡੋ ਅੱਡ ਕਰ ਦੇਵਾਂਗੇ। ਅੱਡੋ ਅੱਡ ਕਲਰਿੰਗ ਵਾਸਤੇ 1 'ਚ ਔਰੇਂਜ ਕਲਰ ਪਾਤਾ, 1 'ਚ ਲੱਡੂਆ ਪਾਤਾ ਅਤੇ 1 'ਚ ਹਰਾ ਪਾ ਕੇ ਆਪਾਂ ਅਤੇ 1 ਆਪਾਂ ਐਸੇ ਹੀ ਰਹਿਣ ਦੇਵਾਂਗੇ। ਥੋੜ੍ਹੀ ਦੇਰ ਬਾਅਦ ਦੁੱਧ ਵਾਲੀ ਜਾਲੀ 'ਤੇ ਪਾ ਕੇ